ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਦੈਨਿਕ ਸਵੇਰਾ ਟੀਵੀ ਇੰਡੀਆ ਅਲਾਈਅੰਸ ਦੇ ਇਕਲੌਤੇ ਚੰਡੀਗੜ੍ਹ ਤੋਂ ਉਮੀਦਵਾਰ ਮਨੀਸ਼ ਤਿਵਾੜੀ। ਮਨੀਸ਼ ਤਿਵਾੜੀ, ਕਿਵੇਂ ਦੇਖਦੇ ਹੋ ਚੰਡੀਗੜ੍ਹ ਸੀਟ ਨੂੰ ਭਾਜਪਾ ਦਾ ਗੜ੍ਹ ਮੰਨਿਆ ਜਾ ਰਿਹਾ? ਦੱਸਾਂ ਚੰਡੀਗੜ੍ਹ ਦੇ ਬੰਸਲ ਜੀ ਸਾਡੇ ਬਹੁਤ ਸਤਿਕਾਰੀ ਹੋ ਗਏ, ਬੰਸਲ ਜੀ ਸਾਡੇ ਬਹੁਤ ਸਤਿਕਾਰੀ ਹੋ ਗਏ। ਇੰਡੀਆ ਅਲਾਈਅੰਸ ਇਕੱਠੇ ਹੋ ਕੇ ਇਕਮੁੱਠ ਹੋ ਕੇ ਚੋਣ ਲੜ ਰਿਹਾ ਹੈਗਾ। ਲੋਕ ਬਦਲਾਓ ਚਾਹੁੰਦੇ ਨੇ ਔਰ 4 ਜੂਨ 2024 ਨੂੰ ਇਸ ਮੁਲਕ 'ਚ ਬਦਲਾਓ ਹੋਏਗਾ। ਇੰਡੀਆ ਧਿਰ ਦੀ ਸਰਕਾਰ ਬਣੇਗੀ, ਇਹੀ ਜੀ ਸਰਕਾਰ ਬਣੇਗੀ ਜਿਹੜੀ 140 ਕਰੋੜ ਲੋਕਾਂ ਵਾਸਤੇ ਕੰਮ ਕਰੇ, ਨਾ ਕਿ ਇੱਕ ਸਰਮਾਏਦਾਰ। ਮੈਂ ਸੰਜੇ ਟੰਡਨ ਦਾ ਬਿਆਨ ਸੁਣਿਆ ਸੀਗਾ, ਕਹਿੰਦਾ ਮੈਂ 3 ਮਹੀਨੇ 'ਚ ਉੱਥੇ ਫੁੱਟਬਾਲ ਗਰਾਊਂਡ ਬਣਾ ਦੂੰਗਾ। ਤਾਂ ਕਿ ਪਿਛਲੇ 10 ਸਾਲ ਤੋਂ ਕ੍ਰਿਕਟ ਖੇਡ ਰਿਹਾ ਸੀਗਾ ਕਿ ਉਹਨੂੰ ਇਹ ਚੇਤਾ ਨਹੀਂ ਆਇਆ ਕਿ ਐਡੇ ਵੱਡੇ ਗੰਦ ਦੇ ਢੇਰ, ਇਹਨਾਂ ਕੋਲ 8 ਸਾਲ ਮਿਊਨਸੀਪਲ ਕਾਰਪੋਰੇਸ਼ਨ 'ਤੇ ਕਬਜ਼ਾ ਰਿਹਾ ਹੈ, ਐਡੇ ਵੱਡੇ ਗੰਦ ਦੇ ਪਹਾੜ ਖੜ੍ਹੇ ਕੀਤੇ ਸੀਗੇ, ਉਸ ਟਾਈਮ ਫੁੱਟਬਾਲ ਗਰਾਊਂਡ ਕਿਉਂ ਨਹੀਂ ਬਣਾ ਤਿਆ? ਮੈਂ ਰਾਜਪਾਲ ਨੂੰ ਉਦੋਂ ਵੀ ਕਿਹਾ ਸੀਗਾ, ਕਿਉਂਕਿ ਉਹ ਜਿਹੜਾ ਡੰਪਿੰਗ ਗਰਾਊਂਡ ਹੈ ਬਿਲਕੁਲ ਸ੍ਰੀ ਅਨੰਦਪੁਰ ਸਾਹਿਬ ਔਰ ਚੰਡੀਗੜ੍ਹ ਦੀ ਹੱਦ 'ਤੇ ਹੈ ਔਰ ਜਿਹੜਾ ਪ੍ਰਦੂਸ਼ਣ ਹੈ ਉੱਧਰ ਵੀ ਫੈਲਦਾ ਹੈਗਾ। ਮੈਂ ਕਈ ਵਾਰ ਉਹਨਾਂ ਨੂੰ ਕਿਹਾ ਕਿ ਬਾਇਓ ਰੇਮੀਡੀਏਸ਼ਨ ਔਰ ਬਾਕੀ ਇਹੋ ਜਿਹੀ ਟੈਕਨੋਲੋਜੀਜ਼ ਅਵੇਲੇਬਲ ਨੇ ਜਿਹਦੇ ਨਾਲ ਇਹਨਾਂ ਨੂੰ ਖਤਮ ਕੀਤਾ ਜਾ ਸਕਦਾ ਹੈ, ਪਰ ਚੰਡੀਗੜ੍ਹ ਪ੍ਰਸ਼ਾਸਨ ਦੀ ਬਿਲਕੁਲ ਕੋਈ ਮਨਸ਼ਾ ਨਹੀਂ ਸੀ। ਔਰ ਲੋਕ ਮੈਨੂੰ ਦੱਸਦੇ ਨੇ ਕਿ ਉਹਦੇ 'ਚ ਕਰੋੜਾਂ ਰੁਪਈਏ ਦਾ ਸਕੈਮ ਹੈਗਾ, ਹਜ਼ਾਰਾਂ ਕਰੋੜਾਂ ਰੁਪਏ ਦਾ ਸਕੈਮ ਹੈਗਾ, ਕਿਉਂਕਿ ਹਰ ਵਾਰੀ ਟੈਂਡਰ ਕੱਢਦੇ ਹੈਗੇ ਨੇ। ਨੀਲ ਦਾ ਵੀ ਆਇਆ ਹੈਗਾ, ਨੀਰੀ ਦਾ ਵੀ ਪ੍ਰੋਜੈਕਟ ਆ ਰਿਹਾ, ਉਸ ਪ੍ਰੋਜੈਕਟ ਦੇ ਰਾਹੀਂ ਤੁਹਾਨੂੰ ਲੱਗਦਾ ਕੁਝ ਕੰਮ ਹੋ ਪਾਏਗਾ? ਇੱਦਾਂ ਹੈ ਕਿ ਜੇ ਹੋਣਾ ਹੁੰਦਾ ਤਾਂ 10 ਸਾਲ 'ਚ ਹੋ ਜਾਂਦਾ। ਇਹਦਾ ਇੱਕੋ ਸਲਿਊਸ਼ਨ ਹੈ, ਬਾਇਓ ਰੇਮੀਡੀਏਸ਼ਨ ਟੈਕਨੋਲੋਜੀਜ਼ ਜਿਹੜੀਆਂ ਅਵੇਲੇਬਲ ਨੇ ਉਹਨਾਂ ਬਾਇਓ ਰੇਮੀਡੀਏਸ਼ਨ ਟੈਕਨੋਲੋਜੀਜ਼ ਦੇ ਤਹਿਤ ਇਹਦਾ ਅਸੀਂ ਹੱਲ ਕੱਢਾਂਗੇ ਔਰ ਸਸਟੇਨੇਬਲ ਹੱਲ ਕੱਢਾਂਗੇ। ਲਾਸਟ ਵਾਲ ਹੈਗਾ, ਕਹਿੰਦੇ ਕਿ ਅਨੰਦਪੁਰ ਤੋਂ ਉਮੀਦਵਾਰ ਰਹੇ, ਲੁਧਿਆਣੇ ਤੋਂ ਉਮੀਦਵਾਰ ਰਹੇ, ਕਦੇ ਪਿੱਛੇ ਜਾ ਕੇ ਹਾਲ ਨਹੀਂ ਪੁੱਛਿਆ, ਤਾਂ ਕਹਿੰਦੇ ਚੰਡੀਗੜ੍ਹ ਦੇ ਵਿਚਕਾਰ ਵੀ ਇਹੀ ਹੋਣ ਵਾਲਾ? ਇੱਦਾਂ ਹੈ ਕਿ ਅੱਜ ਵੀ ਲੁਧਿਆਣੇ ਤੋਂ, ਸ੍ਰੀ ਅਨੰਦਪੁਰ ਸਾਹਿਬ ਤੋਂ, ਪੂਰੇ ਪੰਜਾਬ ਤੋਂ ਸਾਥੀ ਕਹਿ ਕਹਿੰਦੇ ਮੇਰੀ ਚੋਣ ਪ੍ਰਚਾਰ ਜੁੜੇ ਹੋਏ ਨੇ ਔਰ ਮੈਂ ਉੱਥੇ ਕੁਛ ਕੀਤਾ ਹੀ ਹੋਊਗਾ ਤਾਂ ਹੀ ਲੋਕ ਆਉਂਦੇ ਨੇ। ਅੱਜ ਵੀ ਕਹਿ ਕਹਿੰਦੇ ਲੋਕ ਸਾਡੇ ਕੰਮਾਂ ਨੂੰ ਯਾਦ ਕਰਦੇ ਨੇ। ਜਿੰਨਾ ਕੰਮ ਮੈਂ ਲੁਧਿਆਣੇ ਕੀਤਾ ਸੀ ਉਸ ਤੋਂ ਬਾਅਦ ਤਾਂ ਬਿੱਟੂ ਨੇ 10 ਸਾਲ ਕਿਹਦਾ ਫੋਨ ਹੀ ਨਹੀਂ ਚੱਕਿਆ ਹੈਗਾ। 10 ਸਾਲ MP ਚਾਹੇ ਬਿੱਟੂ ਰਿਹਾ ਹੋਵੇ, ਕੰਮ ਮੈਂ ਹੀ ਕਰਦਾ ਸੀਗਾ, ਕਿ ਉਹਨਾਂ ਦਾ ਪਿਓ ਦੇ ਪੁੱਤ ਨੇ ਕਿਸੇ ਦਾ ਫੋਨ ਹੀ ਨਹੀਂ ਚੱਕਣਾ ਸੀਗਾ। ਸੋ ਇਸ ਲਈ ਆ ਹੁਣ ਵੀ ਕਰਕੇ ਦੇਖ ਲਓ, ਤਾਂ ਜੇ ਤੁਹਾਡਾ ਫੋਨ ਚੱਕ ਲਏ ਤਾਂ, ਅੱਜ ਤਾਂ ਇਲੈਕਸ਼ਨ ਚੱਲ ਰਹੇ ਹੈਗੇ ਨੇ, ਉਹ ਤਾਂ 4th ਨੰਬਰ 'ਤੇ ਗੋਤੇ ਖਾਂਦਾ ਫਿਰਦਾ ਹੈਗਾ ਪਿੰਡਾਂ 'ਚ, ਉਹਨੂੰ ਵੜਨ ਦਿੰਦੇ ਪੂਰਾ ਦਿਨ ਫੇਸਬੁੱਕ ਲਾਈਵ ਕਰੀ ਜਾਂਦਾ ਹੈਗਾ, ਬਿਲਕੁਲ ਬੁਖਲਾਇਆ ਫਿਰਦਾ ਹੈਗਾ। ਤੋ ਇਸ ਲਈ ਚਾਹੇ ਲੁਧਿਆਣਾ ਹੋਵੇ ਚਾਹੇ ਸ੍ਰੀ ਅਨੰਦਪੁਰ ਸਾਹਿਬ ਹੋਵੇ, ਅਸੀਂ ਕੰਮ ਕੀਤੇ ਨੇ, ਕੰਮ ਕਰਕੇ ਦਿਖਾਏ ਨੇ ਔਰ ਜਿਹੜਾ ਸਾਡਾ ਰਿਪੋਰਟ ਕਾਰਡ ਹੈ ਉਹ ਇਸ ਚੀਜ਼ ਨੂੰ ਪ੍ਰਮਾਣਿਤ ਕਰਦਾ ਹੈਗਾ। ਪਾਰਟੀ ਨੇ ਸਾਡੀ ਚੰਡੀਗੜ੍ਹ ਦੀ ਜ਼ਿੰਮੇਵਾਰੀ ਲਈ ਹੈ ਔਰ 10 ਸਾਲ 'ਚ ਭਾਜਪਾ ਨੇ ਚੰਡੀਗੜ੍ਹ ਵਾਸਤੇ ਕੱਖ ਨਹੀਂ ਕੀਤਾ ਹੈਗਾ, ਅਸੀਂ ਉਹ ਕਰਕੇ ਦਿਖਾਵਾਂਗੇ। ਇਹਨਾਂ ਦਾ ਕਹਿਣਾ ਹੈ ਕਿ ਚੰਡੀਗੜ੍ਹ ਦੇ ਵਿਚਕਾਰ ਭਾਜਪਾ ਨੇ ਕੋਈ ਕੰਮ ਨਹੀਂ ਕੀਤਾ, ਉਹ ਕੰਮ ਕਰਕੇ ਦਿਖਾਵਾਂਗੇ। ਕੈਮਰਾਮੈਨ ਦੀਪਕ ਦੇ ਨਾਲ ਨੀਰੂ ਪਿਛਲਵਾਨ ਦੈਨਿਕ ਸਵੇਰਾ ਟੀਵੀ। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।